ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾਹ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਬੇਲੀਓ ਬੜਾ ਪੁਛਤੇ ਸੀ ਔਰ ਬੜੀਆਂ ਕੋਸ਼ਿਸ਼ਾਂ ਕੀਤੀਆਂ ਕਿ ਨਿਵਾਜ਼ ਸ਼ਰੀਫ ਨੂੰ ਵਾਪਸ ਲੈ ਕੇ ਮੈਂ ਆ ਰਿਹਾ ਖਾਨ ਸਾਹਿਬ ਦੀਆਂ ਬੜੀਆਂ ਬੜਕਾਂ ਤੁਸੀਂ ਪਿਛਲੇ 2-25 ਸਾਲ ਦੇ ਵਿੱਚ ਸੁਣੀਆਂ ਜਦੋਂ ਦੇ ਨਵਾਸ਼ੀਫ ਸਾਹਿਬ ਜਿਹੜੇ ਨੇ ਉਹ ਲੰਡਨ ਗਏ ਨੇ ਇਲਾਜ ਕਰਾਣ ਲੇਕਿਨ ਕਿਸੇ ਨੂੰ ਕੀ ਪਤਾ ਸੀ ਕਿ ਉਹ ਉੱਥੇ ਉੱਥੇ ਬਹਿ ਕੇ ਖਾਨ ਸਾਹਿਬ ਔਰ ਤਰੀਕੇ ਇਨਸਾਫ ਦਾ ਇਲਾਜ ਕਰ ਰਿਹਾ ਉਹ ਤੇ ਬੰਦਾ ਖੁਦ ਡਾਕਟਰ ਬਣ ਚੁੱਕਿਆ ਇਹ ਹੁਣ ਇਹਨਾਂ ਭੋਲਿਆਂ ਨੂੰ ਕੀ ਪਤਾ ਸੀ ਕਿ ਇਹ ਉਹ ਆਪਣਾ ਇਲਾਜ ਕਰਾਣ ਗਿਆ ਕਿ ਸਾਡਾ ਇਲਾਜ ਕਰਨ ਗਿਆ ਸ਼ਹਾਦ ਅਕਬਰ ਨੇ ਬੜੇ ਮਵਾਦੇ ਝੂਠੇ ਕਾਗਜ਼ ਮੀਡੀਆ ਤੇ ਆ ਕੇ ਇੰਜ ਕਰਕੇ ਵਹਾਇਆ ਗਿਆ ਵੇਖੋ ਜੀ ਬਰਤਾਨੀਆ ਦੇ ਨਾਲ ਹੋ ਗਿਆ ਮਹਾਦਾ ਤੇ ਹੁਣ ਅਸੀਂ ਨਵਾਸ਼ ਸ਼ਰੀਫ ਨੂੰ ਅਗਲੇ ਚੰਦ ਹਫ਼ਤਿਆਂ ਦੇ ਵਿੱਚ ਲੈ ਕੇ ਆ ਰਹੇ ਹਾਂ ਉਸ ਤੋਂ ਬਾਅਦ ਸ਼ੇਖ ਰਸ਼ੀਦ ਹੋ ਗਿਆ ਫਵਾਦ ਚੌਧਰੀ ਹੋ ਗਿਆ ਇਮਰਾਨ ਨਿਆਜ਼ੀ ਹੋ ਗਿਆ ਸਾਰੇ ਦੇ ਸਾਰੇ ਕਹਿੰਦੇ ਨੇ ਕਿ ਨਵਾਸ਼ ਸ਼ਰੀਫ ਨੂੰ ਲੈ ਕੇ ਆ ਰਹੇ ਆ ਲੇਕਿਨ ਨਵਾਸ਼ ਸ਼ਰੀਫ ਜਿਹੜਾ ਉਹ ਲੰਡਨ ਦੇ ਵਿੱਚ ਬਹਿ ਕੇ ਖੁਦ ਇੱਕ ਡਾਕਟਰ ਬਣ ਚੁੱਕਿਆ ਸੀ ਸਰਜਨ ਬਣ ਚੁੱਕਿਆ ਸੀ ਨਾਲ ਨਾਲ ਆਪਣਾ ਇਲਾਜ ਕਰਵਾ ਰਿਹਾ ਸੀ ਔਰ ਨਾਲ ਨਾਲ ਉਹ Imran Khan اور Tariq-e-Insaaf ਦਾ علاج ਜਿਹੜਾ ਉਹ ਕਰ ਰਿਹਾ ਸੀ ਅਸੀਂ ਤੁਹਾਨੂੰ ਵਕਤਨ ਵਕਤਨ ਦੱਸਦੇ ਰਹੇ ਹਾਂ ਕਿ ਮੀਆਂ نواز شریف ਉਦੋਂ ਵਾਪਸ ਜਾਏਗਾ ਜਦੋਂ ਉਹ Imran Khan ਦਾ ਪੂਰਾ ਇਲਾਜ ਕਰ ਲੇਗਾ ਉਹਦਾ ਸਿਆਸੀ ਖਾਤਮਾ ਜਿਹੜਾ ਉਹ ਕਰ ਲੇਗਾ ਤੇ ਜਦੋਂ ਉਹ ਤਰੀਕ-ਏ-ਇਨਸਾਫ ਜਿਹੜੀ ਆ ਉਹਦੇ ਕੋਈ 2 ਕੋ 1000 ਟੁਕੜੇ ਕਰ ਦੇਗਾ ਔਰ ਉਹਨੂੰ ਫੀਤੀ ਫੀਤੀ ਕਰ ਦੇਗਾ ਔਰ ਉਸ ਤੋਂ ਬਾਅਦ ਮੀਆਂ ਜਿਹੜਾ ਉਹ ਵਾਪਸ ਆਏਗਾ ਔਰ ਜਦੋਂ ਫਿਰ ਮੀਆਂ ਵਾਪਸ ਆਏਗਾ ਤੇ ਲੱਗ ਪਤਾ ਵੀ ਜਾਏਗਾ ਅੱਛਾ ਜੀ ਹੁਣ ਆਨੇ ਅਸਲੀ ਗੱਲ ਨਵਾਜ਼ ਸ਼ਰੀਫ ਸਾਹਿਬ ਜਿਹੜੇ ਬਹੁਤ ਜਲਦ ਵਾਪਸ ਆ ਰਹੇ ਆਪਣੇ ਕਾਰਕੁਨਾਂ ਦੇ ਦਰਮਿਆਨ ਕਿਸ ਤਰ੍ਹਾਂ ਵਾਪਸ ਆ ਰਹੇ ਹੋ ਤਾਂ ਦੱਸਨੇ ਆ ਨਵਾਜ਼ ਸ਼ਰੀਫ ਸਾਹਿਬ ਦਾ ਜਿਹੜਾ ਪਾਸਪੋਰਟ ਹੈ ਜਿਹੜਾ ਖਾਨ ਸਾਹਿਬ ਨੇ ਰੋਕਿਆ ਸੀ ਕਿ ਮੈਂ ਇਹ ਪਾਸਪੋਰਟ ਨਹੀਂ ਬਣਨ ਦੇਣਾ ਮੈਂ ਇਹ ਕਰ ਦੂੰ ਤੇ ਮੈਂ ਉਹ ਕਰ ਦੂੰ ਠੀਕ ਹੈ ਨਾ ਇੱਕ ਸਾਬਕਾ ਵਜ਼ੀਰ ਆਜ਼ਮ ਦਾ ਪਾਸਪੋਰਟ ਨਹੀਂ ਬਣਨ ਦਿੱਤਾ ਲੇਕਿਨ ਵੇਖ ਤੋ ਖੁਦਾ ਦੀਆਂ ਕਰਨੀਆਂ ਕਿ ਕਿਸ ਤਰ੍ਹਾਂ ਮੱਖਣ ਦੇ ਵਿੱਚੋਂ ਜਿਵੇਂ ਵਾਲ ਕੱਢੀਦਾ ਇਸ ਤਰ੍ਹਾਂ ਖਾਨ ਸਾਹਿਬ ਨੂੰ ਬਾਹਰ ਕੱਢ ਕੇ ਨਵਾਜ਼ ਸ਼ਰੀਫ ਨੇ ਜਿਹੜਾ ਨਾ ਉਹ ਸਾਈਡ ਤੇ ਰੱਖ ਦਿੱਤਾ ਕਿ ਜਾ ਜਾ ਕੇ ਹੌਣ ਅਯਾਸ਼ੀਆਂ ਮਾਰ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਜਿਹੜੇ ਨੇ ਉਹਨਾਂ ਦਾ ਵੀ ਆਈਪੀ ਜਿਹੜਾ ਪਾਸਪੋਰਟ ਹੈ ਡਿਪਲੋਮੈਟਿਕ ਪਾਸਪੋਰਟ ਨੀਲੇ ਰੰਗ ਦਾ ਪਾਸਪੋਰਟ ਜਿਹੜਾ ਸਿਰਫ ਡਿਪਲੋਮੈਟ ਕੋਲ ਹੁੰਦਾ ਉਹ ਬਣਨ ਜਾ ਰਿਹਾ ਬਲਕਿ ਬਣ ਚੁੱਕਿਆ ਸਾਰਾ ਪ੍ਰੋਸੀਜਰ ਜਿਹੜਾ ਉਹ ਮੁਕੰਮਲ ਹੋ ਗਿਆ ਅਗਲੇ ਚੰਨ ਦਿਨ ਤੱਕ ਨਵਾਸ਼ਰੀਫ ਸਾਹਿਬ ਨੇ ਉਹਨਾਂ ਨੂੰ ਉਹਨਾਂ ਦਾ ਪਾਸਪੋਰਟ ਜਿਹੜਾ ਡਿਪਲੋਮੈਟਿਕ ਪਾਸਪੋਰਟ ਜਿਹੜਾ ਉਹ ਮਿਲ ਜਾਏਗਾ ਔਰ ਨਾਲ ਹੀ ਸਾਖਦਾਰ ਸਾਹਿਬ ਨੇ ਉਹਨਾਂ ਨੂੰ ਵੀ ਪਾਸਪੋਰਟ ਜਿਹੜਾ ਉਹ ਮਿਲ ਜਾਏਗਾ ਡਿਪਲੋਮੈਟਿਕ ਔਰ ਉਸ ਤੋਂ ਬਾਅਦ ਖਬਰਾਂ ਇਹ ਆ ਰਹੀਆਂ ਨੇ ਕਿ ਮੀਆਂ ਸਾਹਿਬ ਨੇ ਹੁਣ ਇਹ ਜਿਹੜਾ ਰਦਲ ਨਿਆਜ਼ੀ ਉਹਨਾਂ ਦਾ ਆਪਰੇਸ਼ਨ ਸੀ ਰੱਦਲ ਤਰੀਕੇ ਇਨਸਾਫ ਜਿਹੜਾ ਉਹਨਾਂ ਆਪਰੇਸ਼ਨ ਸ਼ੁਰੂ ਕੀਤਾ ਸੀ 2 ਸਾਲ ਪਹਿਲੇ ਲੰਡਨ ਆ ਕੇ ਉਹ ਆਪਰੇਸ਼ਨ ਤੇ ਹੋ ਗਿਆ ਮੁਕੰਮਲ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਐ ਸੁਹਾਗਾ ਫੇਰ ਦਿੱਤਾ ਹਮੇਸ਼ਾ ਵਾਸਤੇ ਨਿਆਜ਼ੀ ਨੂੰ ਤਰੀਕੇ ਇਨਸਾਫ ਨੂੰ ਔਰ ਇਹ ਜਿੰਨੇ ਵੀ ਇਹ ਤਬਦੀਲੀ ਸ਼ਬਦੀ ਲਈ ਆਲੇ ਸੀ ਨਵੇਂ ਪਾਕਿਸਤਾਨ ਵਾਲੇ ਸਾਰਿਆਂ ਦੇ ਉੱਤੇ ਉਹਨੇ ਸੁਹਾਗਾ ਫੇਰ ਕੇ ਤੇ ਬਾਜਰਾ ਗੜ ਦਿੱਤਾ ਉੱਤੇ ਤਾਂ ਕਿ ਬਾਜਰਾ ਉੱਗੇਗਾ ਉਹਦੇ ਤੋਂ ਫਿਰ ਜਿਹੜਾ ਆਪਣਾ ਡੰਗਰ ਡੰਗਰ ਜਿਹੜੇ ਨੇ ਉਹ ਖਾਣਗੇ ਸਮਝਿਆ ਕਰੋ ਸਾਰੀ ਗੱਲ ਤੇ ਹੁਣ ਮੀਆਂ ਸਾਹਿਬ ਜਿਹੜੇ ਨੇ ਇਤਲਾਹ ਤੇ ਆ ਰਹੀਆਂ ਨੇ ਕਿ ਹੋ ਸਕਦਾ ਰਮਜ਼ਾਨ ਦੇ ਐਂਡ ਤੇ ਉਹ 사ウਦੀ ਅਰਬ ਜਾਣ ਉੱਥੇ ਜਾ ਕੇ ਆਪਣਾ ਉਮਰਾ ਅਦਾ ਕਰ ਆਪਣੇ ਰੱਬ ਦੇ ਕੋਲ ਹਾਜ਼ਰ ਹੋਣ ਔਰ ਪਾਕਿਸਤਾਨ ਦੇ ਵਾਸਤੇ 13 ਦੁਆ ਮੰਗਣ ਕਿ ਯਾ ਅੱਲਾ ਇਸ ਮੁਲਕ ਨੂੰ ਬਚਾਲਾ ਔਰ ਇਹ ਜਿਹੜੀ ਹਕੂਮਤ ਆਈ ਏ ਇਹ ਮੁਲਕੇ ਪਾਕਿਸਤਾਨ ਦੀ ਖਿਦਮਤ ਕਰੇ ਆਵਾਮ ਦੀ ਖਿਦਮਤ ਕਰੇ ਇਸ ਸਾਰੀਆਂ ਦੁਆਵਾਂ ਮੀਆਂ ਸਾਹਿਬ ਜਿਹੜਾ ਉਹ ਉੱਥੇ ਮੰਗਣਗੇ ਇਤਲਾਅਤ ਇਹ ਆ ਰਹੀਆਂ ਨੇ ਕਿ ਉਹ ਉੱਥੇ ਜਾਣਗੇ ਪਹਿਲੇ ਔਰ ਉੱਥੇ ਜਾ ਕੇ ਆਪਣਾ ਆਪਣੇ ਰੱਬ ਦੇ ਅੱਗੇ ਸਾਰਾ ਸਿਸਟਮ ਜਿਹੜਾ ਇਹ ਰੱਖਣਗੇ ਕਿ ਯਾ ਮਲਕਾ ਪਾਕਿਸਤਾਨ ਦੀ ਹਫਾਜ਼ਤ ਫਰਮਾਓ ਔਰ ਉਸ ਤੋਂ ਬਾਅਦ ਲੱਗ ਇੰਜ ਜਿਹਾ ਕਿ ਸ਼ਾਇਦ Eid ਤੋਂ ਬਾਅਦ ਮੀਆਂ ওয়াসਿਫ ਸਾਹਿਬ ਜਿਹੜੇ ਨੇ ਉਹ سعودی عرب ਤੋਂ ਪਾਕਿਸਤਾਨ ਜਾਣਗੇ ਆਪਣੇ کارਕੁਨਾਨ ਦੇ ਵਿੱਚ ਔਰ ਉੱਥੇ ਬਹਿ ਕੇ ਮੀਆਂ ਸਾਹਿਬ ਦਾ ਕੀ ਕੰਮ ਹੋਏਗਾ ਸਭ ਤੋਂ ਪਹਿਲੇ ਤੇ ਉਹ ਆਪਣਾ ਕੇਸ ਜਿਹੜਾ ਝੂਠੇ ਕੇਸ ਜਿਹੜੇ ਬਣਾਏ ਗਏ ਉਹਨਾਂ ਦਾ ਜਿਹੜਾ ਸਾਹਮਣਾ ਕਰਨਗੇ ਔਰ ਉਹ ਕੇਸ ਜਿਹੜੇ ਨੇ ਜਿਸ ਤਰ੍ਹਾਂ ਉਹ ਬਣਾਏ ਗਏ ਸੀ ਰੇਤ ਦੀ ਇੱਕ ਦੀਵਾਰ ਸੀ ਉਸੇ ਤਰ੍ਹਾਂ ਹੀ ਉਹ ਦੀਵਾਰ ਜਿਹੜੀ ਹੈ ਉਹ ਡਿੱਗਦੀ ਜਾਏਗੀ ਔਰ ਮੀਆਂ ਨਵਾਜ਼ ਸ਼ਾਫ ਜਿਹੜੇ ਨੇ ਉਹ ਸੁਰਖ ਰੂਪ ਹੁੰਦੇ ਜਾਣਗੇ ਉਹ ਫਿਰ ਰਾਇਵੰਡ ਦੇ ਵਿੱਚ ਬਹਿ ਕੇ ਆਪਣੇ ਕਾਰਕੁਨਾਂ ਨਾਲ ਮੁਲਾਕਾਤਾਂ ਕਰਨਗੇ ਆਪਣੀ ਪਾਰਟੀ ਮਜ਼ਬੂਤ ਕਰਨਗੇ ਜਲਸੇ ਕਰਨਗੇ ਜਲੂਸ ਕਰਨਗੇ ਅਗਲੇ ਇਲੈਕਸ਼ਨ ਵਾਸਤੇ ਆਪਣੀ ਪੂਰੀ ਮੁਹਿਮ ਜਿਹੜੀ ਹੈ ਆਪਣਾ ਪੂਰਾ ਕਾਰਕੁਨ ਜਿਹੜਾ ਆਪਣੀ ਪੂਰੀ ਪਾਰਟੀ ਜਿਹੜੀ ਉਹਨੂੰ ਮਜ਼ਬੂਤ ਕਰਨ ਦੇ ਤਾਂ ਕਿ ਯਾਹੀ ਅਗਲੇ ਇਲੈਕਸ਼ਨ ਦਾ ਇੰਤਜ਼ਾਰ ਆਪਣਾ ਐਲਾਨ ਹੋਏ ਤੇ ਪਾਰਟੀ ਜਿਹੜੀ ਹੈ ਉਹ ਬਿਲਕੁਲ ਰੈਡੀ ਹੋਏ ਇਲੈਕਸ਼ਨ ਦੇ ਵਿੱਚ ਜਾਣ ਨੂੰ ਤੇ ਜਿਹੜੇ ਆਂਦੇ ਸੀ ਮੀਆਂ ਕਿਉਂ ਨਹੀਂ ਆ ਰਿਹਾ ਹੁਣ ਮੀਆਂ ਆ ਰਿਹਾ ਤੇ ਹੁਣ ਤੁਹਾਨੂੰ ਲੱਗ ਪਤਾ ਜਾਏਗਾ ਕਿ ਮੀਆਂ ਚੀਜ਼ ਕੀ ਹੈ ਔਰ ਮੈਂ ਨੇ ਕੀ ਕੀਤਾ ਔਰ ਮੈਂ ਨੇ ਅੱਗੋਂ ਤੁਹਾਡੇ ਨਾਲ ਕੀ ਕਰਨਾ ਹੈ ਥੈਂਕ ਯੂ